ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤਾਂ ਆਪਣਾ ਜਸਕਰਨ ਸਿੰਘ, ਅਤੇ ਅੱਜ ਆਪਾਂ ਹਾਜ਼ਰਾਂ ਲੈ ਕੇ ਅੱਜ ਦਾ ਵਲੌਗ, ਅਤੇ ਅੱਜ ਥੋੜ੍ਹੇ ਜਿਹੇ ਕੰਮ ਨੇ ਆਪਾਂ ਕਰਨੇ ਨੇ, ਟਾਈਮ ਹੋ ਗਿਆ ਵਾ, ਲੈਟ ਮੀ ਸੀ, 5:08 January 2 ਵੀਰਵਾਰ, ਅਤੇ ਅੱਜ ਥੋੜ੍ਹੇ ਜਿਹੇ ਕੰਮ ਕਰਨੇ ਨੇ, ਅੱਜ ਆਪਣੇ ਕੰਮ ਤੋਂ ਛੁੱਟੀ ਪਹਿਲਾਂ ਤਾਂ, ਅਤੇ ਹੁਣ ਪਹਿਲਾਂ ਆਪਾਂ ਜਾਣਾ ਆਪਣੇ ਇੱਕ ਬਾਈ ਕੋਲ, ਉਹਦੀ TRV ਅਪਲਾਈ ਕਰਨੀ ਆ, ਤਾਂ ਪਹਿਲਾਂ ਲਾਇਬ੍ਰੇਰੀ ਜਾਣਾ ਵਾ, ਤਾਂ ਉੱਥੇ ਦੀ ਆਪਾਂ TRV ਅਪਲਾਈ ਕਰਨੀ ਆ। ਪਹਿਲਾਂ ਆਪਾਂ ਚੱਲਦੇ ਹਾਂ ਲਾਇਬ੍ਰੇਰੀ, ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਲਾਇਬ੍ਰੇਰੀਆਂ ਜਿਹੜੀਆਂ ਨੇ ਕਿਵੇਂ ਦੀਆਂ ਹੁੰਦੀਆਂ ਨੇ, ਅਤੇ ਕੀ ਕੀ ਉੱਥੇ ਫੈਸਿਲਿਟੀਜ਼ ਹੁੰਦੀਆਂ ਨੇ ਨਾ, ਉਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ। ਹਾਂਜੀ, ਅਤੇ ਗੱਡੀ ਵਿੱਚ ਆਪਾਂ ਪਾ ਦਿੱਤਾ ਵਾ ਪਾਣੀ, ਤੇਲ ਪਾਣੀ ਚੈੱਕ ਕਰਨਾ ਪੈਂਦਾ ਨਾ ਪਹਿਲਾਂ, ਅਤੇ ਕੂਲੈਂਟ ਥੋੜ੍ਹਾ ਘੱਟ ਸੀਗਾ ਕਿਉਂਕਿ ਜਦੋਂ ਆਪਾਂ ਗਏ ਸੀ ਨਾ ਐਡਮਿੰਟਨ, ਤਾਂ ਉਦੋਂ ਗੱਡੀ ਦਾ ਨਾ ਕੂਲੈਂਟ ਬਹੁਤ ਜ਼ਿਆਦਾ ਯੂਜ਼ ਹੋਇਆ ਸੀ, ਕਿਉਂਕਿ ਜਿਹੜਾ ਰੋਡ ਸੀ ਨਾ ਰਾਹ 'ਚ, ਤਾਂ ਉਹਦੇ 'ਚ ਨਾ ਜਦੋਂ ਅਗਲੀ ਗੱਡੀ ਆਉਂਦੀ ਸੀ ਨਾ, ਅਤੇ ਸ਼ੀਸ਼ਾ ਬਹੁਤ ਜ਼ਿਆਦਾ ਨਾ ਗੰਦਾ ਹੋ ਜਾਂਦਾ ਸੀਗਾ, ਤਾਂ ਉਹਨੂੰ ਆਪਾਂ ਨੂੰ ਸਾਫ਼ ਕਰਨ ਲਈ ਬਹੁਤ ਜ਼ਿਆਦਾ ਪਾਣੀ ਜਿਹੜਾ ਯੂਜ਼ ਹੋਇਆ ਸੀਗਾ। ਆਪਾਂ ਇੱਕ ਦੋ ਵਾਰੀ 2-3 ਵਾਰੀ ਪਾਣੀ ਚੇਂਜ ਕੀਤਾ ਹੋਣਾ ਰਾਹ ਦੇ ਵਿੱਚ, ਕਿਉਂਕਿ ਪੂਰਾ ਟੈਂਕ ਜਿਹੜਾ ਖਤਮ ਹੋ ਗਿਆ ਸੀਗਾ, 2-3 ਵਾਰੀ ਦਾ ਪਾਣੀ ਵਾਲਾ ਕੂਲੈਂਟ ਵਾਲਾ ਜਿਹੜਾ ਟੈਂਕ ਸੀ ਉਹ ਖਤਮ ਹੋ ਗਿਆ ਸੀ 2-3 ਵਾਰੀ, ਤਾਂ ਕਰਕੇ ਅਤੇ ਥੋੜ੍ਹਾ ਜਿਹਾ ਕੱਲ੍ਹ ਸਾਈਨ ਆ ਗਿਆ ਸੀਗਾ ਵੀ ਕੂਲੈਂਟ ਚੇਂਜ ਕਰੋ, ਤਾਂ ਉਹ ਆਪਾਂ ਹੁਣ ਚੇਂਜ ਕੀਤਾ ਵਾ, ਅਤੇ ਹੁਣ ਆਪਾਂ ਚੱਲਦੇ ਹਾਂ ਬਾਈ ਨੂੰ ਮਿਲਣ TRV ਅਪਲਾਈ ਕਰਨੀ ਉਹਦੀ ਪਹਿਲਾਂ। ਅਤੇ ਜੇ ਤੁਸੀਂ TRV ਅਪਲਾਈ ਕਰਨੀ ਆ ਅਤੇ ਤੁਹਾਨੂੰ ਨਹੀਂ ਆਉਂਦੀ, ਤਾਂ ਉਹਦੇ ਲਈ ਪੂਰੀ ਵੀਡੀਓ ਇੱਧਰ, ਤਾਂ ਉੱਥੇ ਤੁਸੀਂ ਜਾ ਕੇ ਦੇਖ ਲਓ ਵੀਡੀਓ, ਫੁੱਲ ਐਕਸਪਲੇਨ ਕੀਤਾ ਆਪਾਂ ਵੀ TRV ਕਿੱਦਾਂ ਹੈ ਨਾ ਬਣਦੀ ਆ, ਲਿੰਕ ਮੈਂ ਡਿਸਕ੍ਰਿਪਸ਼ਨ 'ਚ ਵੀ ਪਾ ਦੂੰਗਾ ਅਤੇ ਉੱਪਰ ਆਪਣਾ ਲਿੰਕ ਐਡ ਵੀ ਕਰ ਦੂੰਗਾ। ਅਤੇ ਜੇ ਤੁਸੀਂ TRV ਅਪਲਾਈ ਕਰਨੀ ਆ, ਤਾਂ ਉੱਥੋਂ ਸਿੰਪਲ ਵੇ ਆ ਅਪਲਾਈ ਕਰਨ ਦਾ, ਕੋਈ ਫੀਸ ਚਾਰਜਸ ਨਹੀਂ ਗੇ, ਥੋੜ੍ਹੇ ਜਿਹੇ ਲੱਗਦੇ ਜਿਹੜੇ, ਅਤੇ ਉਹ ਜਿਹੜੀ ਸਰਕਾਰੀ ਫੀਸ ਆ ਸਿਰਫ ਉਹੀ ਲੱਗੂਗੀ, ਕੋਈ ਲੋਇਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਤੁਹਾਨੂੰ, ਤਾਂ ਉਹਦੇ ਲਈ ਵੀਡੀਓ ਉੱਪਰ ਪਈ ਆ, ਜਾ ਕੇ ਦੇਖ ਲਓ। ਅਤੇ ਹੁਣ ਆਪਾਂ ਚੱਲਦੇ ਹਾਂ ਬਾਈ ਨੂੰ ਮਿਲਣਾ, TRV ਅਪਲਾਈ ਕਰਦੇ ਹਾਂ ਉਹਦੀ, ਫਿਰ ਆਪਾਂ ਉਹਨਾਂ ਕਰਨ ਨੂੰ, ਫਿਰ ਆਪਾਂ ਕਰਦੇ ਹਾਂ ਕੁਛ ਹੋਰ 2-4 ਗੱਲਾਂ, ਅਤੇ ਅੱਜ ਦਿਖਾਉਂਦੇ ਹਾਂ ਤੁਹਾਨੂੰ ਸਸਕਾਟੂਨ ਦੀ ਲਾਇਬ੍ਰੇਰੀ, ਅਤੇ ਲੈਟਸ ਗੋ। ਆਪਣਾ ਪਲੈਨ ਹੋ ਗਿਆ ਵਾ ਚੇਂਜ, ਕੱਲ੍ਹ ਅੱਜ ਹੁਣ ਅਗਲਾ ਦਿਨ ਆ ਗਿਆ ਵਾ, ਅਤੇ ਕੱਲ੍ਹ ਹੋਇਆ ਇੱਦਾਂ ਕਿ ਆਪਾਂ ਲਾਇਬ੍ਰੇਰੀ ਗਏ, ਅਤੇ ਜਿਹੜੀ ਲਾਇਬ੍ਰੇਰੀ ਸੀਗੀ ਉਹ 1.5 ਘੰਟੇ ਦੇ ਵਿੱਚ ਬੰਦ ਹੋਣੀ ਸੀਗੀ, ਤਾਂ ਫਿਰ ਆਪਾਂ 1.5 ਘੰਟੇ ਦੇ ਵਿੱਚ ਸਾਰਾ ਕੰਮ ਜਿਹਾ ਕੀਤਾ ਅਤੇ ਕਰਕੇ ਆ ਗਏ, ਅਤੇ ਵੀਡੀਓ ਬਣਾਉਣ ਤਾਂ ਲੱਗਾ ਨਹੀਂ ਬਿਲਕੁਲ ਵੀ ਟਾਈਮ, ਤਾਂ ਕਰਕੇ ਆਪਾਂ ਕੱਲ੍ਹ ਬਣਾਈ ਨਹੀਂ ਵੀਡੀਓ, ਅਤੇ ਤਾਂ ਕਰਕੇ ਆਪਾਂ ਅੱਜ ਲੱਗੇ ਹਾਂ ਵੀਡੀਓ ਬਣਾਉਣ। ਅੱਗੇ ਸ਼ੁਰੂ ਕਰਦੇ ਹਾਂ ਅੱਜ ਆਪਾਂ, ਅਤੇ ਪਹਿਲਾਂ ਆਪਾਂ ਜਾਣਾ ਬੈਂਕ, ਫਿਰ ਆਪਾਂ ਜਾਣਾ ਵਾਲਮਾਰਟ ਤੋਂ ਕਿੰਨੀ ਗਰੋਸਰੀ, ਫਿਰ ਆਪਾਂ ਘਰ, ਅਤੇ ਰਾਤ ਵਿੱਚ ਜੋ ਜੋ ਹੁੰਦਾ ਤੁਹਾਨੂੰ ਦਿਖਾਉਂਦੇ ਹਾਂ, ਅਤੇ ਆ ਜਾਓ ਚਲੋ ਦੇਖਦੇ ਹਾਂ ਕੀ ਬਣਦਾ ਆਉਂਦਾ ਵੇ, ਲੈਟਸ ਗੋ। ਹਾਂਜੀ, ਅਤੇ ਆਪਾਂ ਬੈਂਕ ਜਾ ਰਹੇ ਹਾਂ, ਉੱਥੇ ਥੋੜ੍ਹਾ ਕੰਮ ਸੀਗਾ, ਅਤੇ ਬੈਂਕ ਜਾ ਕੇ ਅਤੇ ਹੁਣ ਆਪਾਂ ਆਏ ਸੀਗੇ ਇੱਥੇ, ਬਣਿਆ ਇੱਧਰ ਆ, ਥੋੜ੍ਹੇ ਜਿਹੇ ਆਪਾਂ ਇੱਥੋਂ ਸ਼ੋਟ ਲਏ ਸੀਗੇ ਡਰੋਨ ਦੇ ਇਸ ਚੀਜ਼ ਦੇ, ਕੈਨੇਡਾ ਜਿਹੜਾ ਆਪਾਂ ਸ਼ੋਟ ਲਿਆ ਸੀਗਾ, ਅਤੇ ਉਹ ਸ਼ੋਟ ਚਲੋ ਤੁਸੀਂ ਦੇਖ ਲਓ ਹੁਣ। ਹਾਂਜੀ, ਇਹ ਸੀਗੇ ਆਪਣੇ ਕੁਛ ਡਰੋਨ ਦੇ ਸ਼ੋਟ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਡਰੋਨ ਦੇ ਸ਼ੋਟ ਕਿਵੇਂ ਲੱਗੇ, ਅਤੇ ਬਾਕੀ ਗੱਲਾਂ ਦੀਆਂ ਗੱਲਾਂ ਆਹ ਦੇਖ ਲਓ, ਰੜੇ ਮੈਦਾਨ ਨੇ ਸਸਕਾਟੂਨ ਦੇ ਵਿੱਚ, ਤਾਂ ਇੱਦਾਂ ਸਾਰਾ ਕੁਛ
ਤੇ ਸਨੋ ਹੋਈ ਪਈ ਚਾਰੇ ਬੰਨੇ ਜੋ ਵੀ ਦੇਖ ਲਓ ਤੁਹਾਨੂੰ ਦਿਖਦਾ ਵਾ ਦੂਰ ਦੂਰ ਤੱਕ ਸਨੋ ਹੀ ਸਨੋ ਆ ਲੋਟ ਫਾਰ ਸੇਲ ਕਿਸੇ ਨੇ ਖਰੀਦਣਾ ਹੋਵੇ ਤਾਂ ਦੱਸਿਓ ਮੈਨੂੰ ਗੱਲਬਾਤ ਕਰਾਂਗੇ ਤੁਹਾਡੀ ਆਪਾਂ ਪੂਰੀ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਦੇ ਕਰੋ ਤਾਂ ਇੰਸਟਾਗ੍ਰਾਮ 'ਤੇ ਮੈਸੇਜ ਕਰਦੇ ਕਰੋ ਜਾਂ ਫਿਰ ਨਾ ਇੰਸਟਾਗ੍ਰਾਮ ਆਪਣਾ ਅਕਾਊਂਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਉਹਨੂੰ ਫੋਲੋ ਕਰ ਲਿਓ ਅਤੇ ਤੁਹਾਨੂੰ ਆਪਾਂ ਉੱਥੇ ਦੱਸ ਦਾਂਗੇ ਨਾ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਚੀਜ਼ ਵਾਲੇ ਟੋਪਿਕ ਬਾਰੇ ਤੁਸੀਂ ਜਾਣਨਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਮੈਂਟ ਕਰਦੇ ਕਰੋ ਜੋ ਵੀ ਹੈ ਨਾ ਕਨਵੀਨੀਅੰਟ ਆ ਜਿਹੜੀ ਚੀਜ਼ ਤੁਹਾਨੂੰ ਉਹ ਕਰਦੇ ਕਰੋ ਆਪਾਂ ਤੁਹਾਨੂੰ ਉਹਦੇ 'ਤੇ ਨਾ ਵੀਡੀਓ ਬਣਾ ਕੇ ਦੇ ਦਾਂਗੇ ਅਤੇ ਕੈਨੇਡਾ ਦੇ ਵਿੱਚ ਤੁਸੀਂ ਆਓ ਮਿਹਨਤ ਕਰੋ ਤੁਹਾਡੀ ਮਿਹਨਤ ਦਾ ਮੁੱਲ ਤੁਹਾਨੂੰ ਮਿਲੂਗਾ ਨਾ ਕੈਨੇਡਾ ਕਿਵੇਂ ਦਾ ਦੇਸ਼ ਆ ਤੁਸੀਂ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਸਕਦਾ ਇੱਥੇ ਆਣ ਕੇ ਨਾ ਬਸ ਤੁਹਾਨੂੰ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਮਿਹਨਤ ਜਿਹੜੀ ਆ ਉਹ ਮੇਨ ਚੀਜ਼ ਆ ਕੈਨੇਡਾ ਦੇ ਵਿੱਚ ਮਿਹਨਤ ਕਰਨੇ ਵਾਲੋਂ ਕੀ ਕਦੀ ਹਾਰ ਨਹੀਂ ਹੋਦੀ ਇੱਥੇ ਆਣ ਕੇ ਤੁਹਾਨੂੰ ਪਤਾ ਲੱਗਦਾ ਵੀ ਹਾਂ ਵੀ ਡਿਡ ਸਮਥਿੰਗ ਜਦੋਂ ਮੈਂ ਵੀ ਆਇਆ ਸੀ ਨਾ ਨਵਾਂ ਇੱਥੇ ਸਸਕਾਟੂਨ ਦੇ ਵਿੱਚ ਆਪਣੇ ਟੋਰਾਂਟੋ ਛੱਡ ਕੇ ਤਾਂ ਪਹਿਲੇ ਦਿਨਾਂ 'ਚ ਬੜਾ ਨਾ ਸੈਡ ਫੀਲ ਹੋਇਆ ਸੈਡ ਵੀ ਨਹੀਂ ਵੀ ਮਤਲਬ ਬੜਾ ਫੀਲ ਜਿਹਾ ਹੋਇਆ ਵੀ ਹਾਂ ਕਿੰਨਾ ਨਾ ਛੋਟਾ ਜਿਹਾ ਸ਼ਹਿਰ ਵਾ ਨਿਕਾ ਆ ਪਰ ਛੋਟੇ ਸ਼ਹਿਰ ਦੀਆਂ ਕੁਝ ਫਾਇਦੇ ਵੀ ਹੈਗੇ ਨੇ ਨਾ ਕੁਝ ਨੁਕਸਾਨ ਵੀ ਹੈਗੇ ਵੀ ਤੁਹਾਨੂੰ ਪਹਿਲੀ ਗੱਲ ਤਾਂ ਵਲੋਗ ਬਣਾਉਣ ਲਈ ਕੁਝ ਜ਼ਿਆਦਾ ਚੀਜ਼ਾਂ ਨਹੀਂ ਲੱਭਦੀਆਂ ਹੈਗੀਆਂ ਅਤੇ ਬਾਕੀ ਇਹਦਾ ਫਾਇਦਾ ਇਹ ਹੈਗਾ ਵਾ ਵੀ ਤੁਸੀਂ ਸ਼ਹਿਰ ਦੇ ਵਿੱਚ ਕਿਤੇ ਵੀ ਜਾਣਾ ਨਾ ਪਹਿਲੇ ਕੋਨੇ ਤੋਂ ਦੂਜੇ ਕੋਨੇ ਤੁਹਾਨੂੰ 25 ਮਿੰਟ ਲੱਗਦੇ ਪਹੁੰਚਣ 'ਚ ਮੈਕਸੀਮਮ ਅੱਧਾ ਘੰਟਾ ਲੱਗ ਜੂਗਾ ਤੁਹਾਨੂੰ ਇੱਕ ਕੋਨੇ ਤੋਂ ਦੂਜੇ ਕੋਨੇ ਜਾਣ 'ਚ ਸ਼ਹਿਰ ਦੇ ਅਤੇ ਬਿਜ਼ੀ ਇੰਨਾ ਹੁੰਦੀਆਂ ਨਹੀਂ ਸਟਰੀਟਾਂ ਇਹਦੀਆਂ ਜਿਹੜੇ ਹਾਈਵੇ ਨੇ ਤਾਂ ਹਰ ਟਾਈਮ ਖੁੱਲ੍ਹੇ ਰਹਿੰਦੇ ਹੈ ਨਾ ਕੋਈ ਜ਼ਿਆਦਾ ਬਿਜ਼ੀ ਨਹੀਂ ਹੁੰਦੇ ਪਰ ਇੱਥੇ ਜਿਹੜਾ ਲਿਮਿਟ ਸਪੀਡ ਦੀ ਲਿਮਿਟ ਦੇ ਵਿੱਚ ਜਾਣਾ ਪੈਂਦਾ ਵਾ ਕਿਉਂਕਿ ਇੱਥੇ ਹਰ ਥਾਂ ਦੇ ਉੱਤੇ ਹਾਲੇ ਕੈਮਰੇ ਲੱਗੇ ਆ ਬਈ ਜਿੱਥੇ ਸਕੂਲ ਆ ਨਾ ਉੱਥੇ ਕੈਮਰੇ ਲੱਗੇ ਹੁੰਦੇ ਆ ਵੀ ਹਾਂ ਸਪੀਡ ਲਿਮਿਟ 30 ਦੀ ਆ ਅਤੇ 30 'ਤੇ ਜਾਣਾ ਵਾ ਤਾਂ ਉੱਥੇ ਆਪਾਂ ਨੂੰ ਮਾੜਾ ਧਿਆਨ ਨਾਲ 30  'ਤੇ ਜਾਣਾ ਪੈਂਦਾ ਵਾ ਅਤੇ ਬਟ ਛੋਟਾ ਸ਼ਹਿਰ ਵਾ ਵਧੀਆ ਵਾ ਪਰ ਜ਼ਿਆਦਾ ਇਹ ਸਨੋ ਜ਼ਿਆਦਾ ਇਕੱਠੀ ਨਹੀਂ ਕਰਦੇ ਹੈਗੇ ਤਾਂ ਉਹ ਚੀਜ਼ ਥੋੜ੍ਹੀ ਜਿਹਾ ਹੈ ਨਾ ਇਹਦਾ ਨੈਗੇਟਿਵ ਪੁਆਇੰਟ ਆ ਬਰੈਂਪਟਨ ਦੇ ਵਿੱਚ ਤਾਂ ਉਹ ਪਹਿਲਾਂ ਹੀ ਪਹੁੰਚ ਜਾਂਦੇ ਨੇ ਸਨੋ ਪੈਂਦੀ ਨਹੀਂ ਗੀ ਪਹਿਲਾਂ ਹੀ ਲੂਣ ਦੇ ਉੱਥੇ ਢੇਰ ਲੱਗੇ ਹੁੰਦੇ ਆ ਇਹ ਹੈਗਾ ਜੀ ਐਲਬਰਟ ਕਮਿਊਨਿਟੀ ਸੈਂਟਰ ਇਹ ਵੀ ਦੇਖਣ ਨੂੰ ਸੋਹਣਾ ਲੱਗਦਾ ਵਾ ਨਾ ਆਹ ਦੇਖੋ ਨਾਈਸ ਚੀਜ਼ ਆ ਦੇਖਣ ਲਈ ਆਏ ਥਿੰਕ ਸੋ ਬਾਕੀ ਆ ਇੱਥੇ ਜ਼ਿਆਦਾਤਰ ਜਿਹੜੇ ਆਪਣੇ ਆਉਂਦੇ ਨੇ ਨਾ ਅਪਾਰਟਮੈਂਟ ਹੀ ਮਿਲਦੇ ਨੇ ਆਪਾਂ ਨੂੰ ਜ਼ਿਆਦਾਤਰ ਤਾਂ ਵੈਸੇ ਬੇਸਮੈਂਟਾਂ ਘੱਟ ਨੇ ਇੱਥੇ ਮਿਲ ਜਾਂਦੇ ਨੇ ਬੇਸਮੈਂਟਾਂ ਹੀ ਬਟ ਅਪਾਰਟਮੈਂਟ ਜਿਹੜੇ ਨੇ ਇੱਥੇ ਜ਼ਿਆਦਾ ਨੇ ਨਾ ਜੇ ਤੁਸੀਂ ਆਉਂਦੇ ਹੋ ਟੋਰਾਂਟੋ ਤੋਂ ਜਾਂ ਕਿਸੇ ਵੀ ਨਾ ਪ੍ਰੋਵਿੰਸ ਤੋਂ ਮੂਵ ਹੁੰਦੇ ਇੱਥੇ ਜਾਂ ਇੰਡੀਆ ਤੋਂ ਆਉਂਦੇ ਹੋ ਤਾਂ ਇੱਥੇ ਤੁਹਾਨੂੰ ਅਪਾਰਟਮੈਂਟ ਮਿਲ ਜਾਂਦੇ ਨੇ ਵਧੀਆ ਨਾ 1000-1200 ਦਾ ਅਪਾਰਟਮੈਂਟ ਤੁਹਾਨੂੰ ਵਧੀਆ ਮਿਲ ਜਾਂਦਾ ਵਾ ਜੇ ਤੁਸੀਂ ਚਾਹੁੰਦੇ ਹੋ ਵੀ ਆਪਾਂ ਇੱਕ ਅੱਡ ਵੀਡੀਓ ਬਣਾ ਦਾਂਗੇ ਅਪਾਰਟਮੈਂਟਾਂ ਦੇ ਉੱਤੇ ਵੀ ਇੱਥੇ ਕਿੱਦਾਂ ਅਕੋਮੋਡੇਸ਼ਨ ਕਿਵੇਂ ਮਿਲਦੀ ਆ ਖਰਚੇ ਕਿੰਨੇ ਕੁ ਹੋ ਜਾਂਦੇ ਨੇ ਸਸਕੈਚੂਆਂ ਦੇ ਵਿੱਚ ਤਾਂ ਉਹ ਦੱਸ ਦਿਓ ਮਾੜਾ ਕਮੈਂਟਾਂ ਦੇ ਵਿੱਚ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਲਓ ਜੀ ਪਹੁੰਚ ਗਏ ਆਪਣੀ ਫੇਵਰੇਟ ਸਪੋਟ 'ਤੇ ਲਾਈਕ ਪੁਲ ਵਾ ਜਿਹੜਾ ਆਪਣਾ ਫੇਵਰੇਟ ਸਪੋਟ ਆ ਇਹ ਵਧੀਆ ਵਾ ਇਹ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇੱਥੋਂ ਦਾ ਥੋੜ੍ਹਾ ਜਿਹਾ ਵਿਊ ਵੀ ਇਹਦੇ ਵਿੱਚ ਕੀ ਹੈ ਦੇਖਣ ਲਈ ਆਪਾਂ ਬਾਹਰ ਨੂੰ ਗੱਡੀ 'ਚੋਂ ਨਿਕਲੇ ਹੁਣ ਬਾਹਰ ਅਤੇ ਬਾਹਰ ਹੈਗਾ ਮਾਈਨਸ ਟੈਂਪਰੇਚਰ 10 ਡਿਗਰੀ ਅਤੇ ਠੰਡ ਹੋਈ ਪਈ ਆ ਪੂਰੀ ਅਤੇ ਆਹ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਬਾਹਰ ਦਾ ਸ਼ੋਟ ਅਤੇ ਆਹ ਦੇਖ ਲਓ ਇਹ ਜਗ੍ਹਾ ਵਾ ਇੱਥੇ ਜਿਹੜਾ ਆਹ ਪੁਲ ਵਾ ਇਹਦੇ ਉੱਪਰ ਟ੍ਰੇਨ ਲੰਘਦੀ ਆ ਉੱਪਰ ਚੰਦਰਮਾ ਚੜਿਆ ਪਿਆ ਵਾ ਥੱਲੇ ਦੇ ਨਹਿਰ ਜੀ ਲੰਘਦੀ ਆ ਥੱਲੋਂ ਦੀ ਅਤੇ ਪੂਰੇ ਸਸਕਾਟੂਨ ਦੇ ਵਿੱਚ ਇੱਕੋ ਹੀ ਇੱਕ ਹੀ ਨਹਿਰ ਵਾ ਜਿਹੜੀ ਇਹ ਹੈਗੀ ਆ ਅਤੇ ਇਹੀ ਚਾਰੇ ਬੰਨੇ ਜਾਂਦੀ ਆ ਨਾ ਇਟ ਲੁੱਕਸ ਨਾਈਸ ਉੱਥੋਂ ਥੋੜ੍ਹਾ ਜਿਹਾ ਨਾ ਥੱਲੇ ਨੂੰ ਢਲਾਣ ਜੀ ਆ ਉਹ ਸਾਹਮਣੇ ਉੱਥੋਂ ਪਾਣੀ ਥੱਲੇ ਨੂੰ ਡਿੱਗਦਾ ਵਾ ਤਾਂ ਉਹ ਦੈਟ ਲੁੱਕਸ ਨਾਈਸ ਦੈਟਸ ਵਟ ਵੀ ਹੈਵ ਹੇਅਰ ਜੇ ਤੁਸੀਂ ਸਸਕਾਟੂਨ 'ਚ ਆ ਰਹੇ ਹੋ ਤਾਂ ਇਹੀ ਚੀਜ਼ਾਂ ਤੁਹਾਨੂੰ ਦੇਖਣ ਲਈ ਮਿਲਣਗੀਆਂ ਇਸ ਤੋਂ ਵੱਖਰਾ ਕੁਛ ਨਹੀਂ ਮਿਲੂਗਾ ਬਾਕੀ ਡਿਪੈਂਡ ਕਰਦਾ ਤੁਹਾਡੇ ਤੁਸੀਂ ਕਿਵੇਂ ਦੇਖਦੇ ਹੋ ਨਾ ਲੈਟਸ ਗੋ ਘਰ ਨੂੰ ਚੱਲਦੇ ਹਾਂ ਹੁਣ ਆ ਜਾਓ ਚੱਲੀਏ ਘਰੇ ਜਿਹੜੇ ਕਹਿੰਦੇ ਨਾ ਕੈਨੇਡਾ ਹੋਣਾ ਆਹ ਦੇਖ ਲਓ ਇੱਥੇ ਮਿੱਟੀ ਹੋਰ ਕੁਛ ਨਹੀਂ ਗਾ ਬਣੀ ਪਈ ਆ ਗਾਰਾ ਬਰਫ਼ ਦਾ ਬਣਿਆ ਵਾ ਗਾਰਾ ਉਹ ਦੇਖ ਲਓ ਇੱਧਰ ਆਹ ਹੁੰਦੀ ਚਿੱਟੀ ਸੁਣੋ ਆਹ ਹੁੰਦਾ ਗਾਰਾ ਕਹਿੰਦੇ ਕੈਨੇਡਾ 'ਚ ਗਾਰਾ ਨਹੀਂ ਗਾ ਦੇਖ ਲਓ ਗਾਰਾ ਉਹਨਾਂ ਕਿਉਂ ਦਿਖਾਇਆ ਨਹੀਂ ਹਾਂਜੀ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਘਰੇ ਅਤੇ ਆਪਾਂ ਜਿੱਥੇ ਜਾਣਾ ਸੀਗਾ ਆਪਾਂ ਉੱਥੇ ਜਾ ਰਹੇ ਹਾਂ ਘੁੰਮ ਫਿਰ ਆਏ ਹਾਂ ਬਾਹਰ ਅਤੇ ਆਹ 2 ਦਿਨ ਸੀਗੇ ਆਪਣੀ ਛੁੱਟੀ ਕੱਲ੍ਹ ਤੋਂ ਆਪਾਂ ਫਿਰ ਕੰਮ ਨੂੰ ਜਾਣਾ ਵਾ ਅਤੇ ਬਾਕੀ ਰਹੀ ਗੱਲ ਜੋ ਤੁਹਾਨੂੰ ਦਿਖਾਉਣਾ ਸੀਗਾ ਦਿਖਾਤਾ 2 ਵੀਡੀਓ ਦੇ ਵਿੱਚ ਅਤੇ ਬਾਕੀ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਹੈ ਨਾ ਵੀਡੀਓ ਚਾਹੀਦੀ ਆ ਤਾਂ ਕਮੈਂਟ ਕਰਿਓ ਜਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਤੁਹਾਨੂੰ ਆਪਾਂ ਉਹਦੇ ਬਾਰੇ ਦੱਸ ਦਾਂਗੇ ਨਾ ਵੀਡੀਓ ਬਣਾ ਦਾਂਗੇ ਉਸ ਚੀਜ਼ 'ਤੇ ਅਤੇ ਬਾਕੀ ਲਿੰਕ 2-3 ਵੀਡੀਓ ਦੇ ਪਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਜਾ ਕੇ ਚੈੱਕ ਕਰੋ
ਮੇ ਵੀ ਤੁਹਾਡੇ ਲਈ ਹੈਲਪਫੁਲ ਸਾਬਿਤ ਹੋਣ ਅਤੇ ਬਾਕੀ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਪਣੇ ਜਿਹੜਾ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਨਾਲ ਦੀ ਨਾਲ ਮਿਲ ਜਾਵੇ ਅਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੱਜ ਲਈ ਇੰਨਾ ਹੀ ਬਾਏ ਬਾਏ।